ਬਾਲੀਵੁੱਡ ਤੋਂ ਖਾਸ ਖਬਰ ਸਾਹਮਣੇ ਆਈ ਹੈ। ਛੋਟੇ ਪਰਦੇ ਦੀ ਕੁਈਨ ਕਹੀ ਜਾਣ ਵਾਲੀ ਅਤੇ ਫਿਲਮ ਨਿਰਮਾਤਾ ਏਕਤਾ ਕਪੂਰ ਮਾਂ ਬਣ ਗਈ ਹੈ। ਜੀ ਹਾਂ, ਏਕਤਾ ਕਪੂਰ 27 ਜਨਵਰੀ ਨੂੰ ਸੈਰੋਗੇਸੀ ਰਾਹੀਂ ਮਾਂ ਬਣੀ ਹੈ ਤੇ ਉਸ ਦੇ ਘਰ ਲੜਕੇ ਨੇ ਜਨਮ ਲਿਆ। ਜਾਣਕਾਰੀ ਅਨੁਸਾਰ ਜੱਚਾ ਤੇ ਬੱਚਾ ਦੋਵੇਂ ਬਿਲਕੁਲ ਠੀਕ ਨੇ ਤੇ ਏਕਤਾ ਜਲਦ ਹੀ ਉਸ ਨੂੰ ਘਰ ਲੈ ਕੇ ਆਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਏਕਤਾ ਕਪੂਰ ਦੇ ਭਰਾ ਤੁਸ਼ਾਰ ਕਪੂਰ ਵੀ ਸੈਰੋਗੇਸੀ ਰਾਹੀਂ ਬੱਚੇ ਦੇ ਪਿਤਾ ਬਣੇ ਸਨ। ਏਕਤਾ ਤੇ ਤੁਸ਼ਾਰ ਦੋਨੋਂ ਅਜੇ ਕੁਆਰੇ ਨੇ। ਹਾਲਾਂਕਿ ਏਕਤਾ ਕਪੂਰ ਨੇ ਆਪਣੇ ਬੱਚੇ ਬਾਰੇ ਕੋਈ ਅਧਿਕਾਰਕ ਘੋਸ਼ਣਾ ਨਹੀਂ ਕੀਤੀ, ਸ਼ਾਇਦ ਇਸ ਲਈ ਕਿ ਉਹ ਬੱਚੇ ਦੇ ਘਰ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਜਾਂ ਫਿਰ ਬੱਚੇ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਮਸ਼ਰੂਫ ਹੈ। ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਏਕਤਾ ਦੇ ਲਈ ਇਹ ਪਲ ਬਹੁਤ ਹੀ ਭਾਵੁਕ ਨੇ ਤੇ ਮਾਂ ਬਣਨ ਤੋਂ ਬਾਅਦ ਉਹਨਾਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਣ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ ਏਕਤਾ ਕਪੂਰ ਤੋਂ ਪਹਿਲਾਂ ਕਰਨ ਜੋਹਰ, ਤੁਸ਼ਾਰ ਕਪੂਰ, ਫਾਰਾ ਖਾਨ, ਆਮਿਰ ਖਾਨ, ਸ਼ਾਹਰੁਖ ਖਾਨ ਸਮੇਤ ਕਈ ਫਿਲਮੀ ਸਿਤਾਰੇ ਸੈਰੋਗੇਸੀ ਦੇ ਜ਼ਰੀਏ ਮਾਤਾ ਪਿਤਾ ਬਣ ਚੁੱਕੇ ਨੇ। ਬਾਲੀਵੁੱਡ ਨਾਲ ਸੰਬੰਧਿਤ ਅਜਿਹੀਆਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।